ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਉਹਨਾਂ ਦੇ ਚਲਦਿਆਂ ਅਮਰੀਕਾ ਸਰਕਾਰ ਨੇ ਅਮਰੀਕਾ ਦੇ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਭਾਰਤ ਵਿੱਚ ਵਾਪਸ ਪਰਤਣ ਲਈ ਕਿਹਾ ਹੈ ਅਤੇ ਆਨਲਾਈਨ ਕਲਾਸਿਸ ਜਿਨ੍ਹਾਂ ਦੀਆਂ ਚੱਲ ਰਹੀਆਂ ਹਨ ਉਹਨਾਂ ਤੇ ਵੀ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ ਇਹ ਇਸ ਬਾਰੇ ਵੀਜ਼ਾ ਕੰਸਲਟੈਂਟ ਅਰਵਿੰਦਰ ਪਾਲ ਜੀ ਨਾਲ ਗੱਲ ਕਰਦੇ ਹਾਂ ਬੇਸਿਕਲੀ ਅਮਰੀਕਾ ਦੇ ਵਿੱਚ ਬਹੁਤ ਸਾਰੀ ਵੱਡੀ ਤਦਾਦ ਹੈ ਇੰਡੀਅਨ ਸਟੂਡੈਂਟਸ ਦੀ ਔਰ ਯੈਸ ਇਹ ਇੰਡੀਆਨਾ ਅਫੈਕਟ ਹੋ ਸਕਦਾ ਕਾਫੀ ਵੱਡਾ ਇੰਪੈਕਟ ਹੈ ਬਿਕੋਜ਼ ਐਸ ਟਾਈਮ ਵੀ 2.5 ਲੱਖ ਤੋਂ ਵੱਧ ਸਟੂਡੈਂਟਸ ਜਿਹੜੇ ਕਰੰਟਲੀ ਉੱਥੇ ਆਲਰੇਡੀ ਹੈਗੇ ਆ ਹਾਂ ਐਸ ਟਾਈਮ ਪੂਰੀ ਦੁਨੀਆ ਤਕਰੀਬਨ ਕਿਤਨਾ ਕਿਤੇ ਆਨਲਾਈਨ ਕਲਾਸੇਸ ਦੀ ਗੱਲ ਕਰ ਰਹੀ ਆ ਔਰ ਯੂ ਐਸ ਨੇ ਕਹਿਤਾ ਕਿ ਜਿਹੜੀਆਂ ਯੂਨੀਵਰਸਿਟੀਆਂ 100% ਹੀ ਆਨਲਾਈਨ ਕਲਾਸੇਸ ਦੇਣ ਲੱਗੀਆਂ ਉਹਨਾਂ ਸਟੂਡੈਂਟਸ ਨੂੰ ਕਹਿਤਾ ਕਿ ਉਹਨਾਂ ਦੇ ਵੀਜ਼ਾਸ ਰਿਵੋਕ ਕੀਤੇ ਜਾਣਗੇ ਜਾਂ ਵੀਜ਼ਾਸ ਕੈਨਸਲ ਕੀਤੇ ਜਾਣਗੇ ਔਰ ਉਹਨਾਂ ਨੂੰ ਇਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਆ ਉਹ ਪ੍ਰੈਕਟੀਕਲ ਫਿਜ਼ੀਕਲ ਕਲਾਸ ਲਾਣ ਔਰ ਇਹਦੇ ਵਿੱਚ ਸਿਰਫ ਛੋੜ ਦਿੱਤੀ ਹੈ ਮੈਕਸਿਮਮ ਇੱਕ ਮੋਡਿਊਲ ਦੀ ਸਿਰਫ ਇੱਕ ਮੋਡਿਊਲ ਆ ਮੈਕਸਿਮਮ ਜਿਹੜੀ ਕੋਈ ਯੂਨੀਵਰਸਿਟੀਆਂ ਜਿਹੜੀ ਕੋਈ ਪੜ੍ਹਾਈ ਦੇ ਸਕਦੀ ਆ ਔਨਲਾਈਨ ਅਗਰ ਕੋਈ ਇਸ ਤੋਂ ਵੱਧ ਦਿੰਦਾ ਹੈ ਤਾਂ ਉਹ ਆਬਵੀਅਸਲੀ ਖਤਰੇ ਦੇ ਵਿੱਚ ਆ ਫਿਰ ਸੋ ਸਟੂਡੈਂਟਸ ਨੂੰ ਇਹ ਦੇਖਣਾ ਪਊਗਾ ਕਿ ਜਿਹੜੀਆਂ ਵਰਚੁਅਲ ਕਲਾਸੇਜ਼ ਆ ਉਹ ਤੋਂ ਹਟ ਕੇ ਉਹ ਪ੍ਰੈਕਟੀਕਲ ਕਲਾਸੇਜ਼ ਦੇ ਉੱਪਰ ਹੋਣ ਤਾਂ ਕਿ ਉਹਨਾਂ ਦਾ ਵੀਜ਼ਾ ਉੱਥੇ ਸੇਫ ਰਵੇ ਜੀ ਬਿਲਕੁਲ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਯੂਥ ਹੈ ਆਪਣੀ ਔਰ ਜੇ ਕੋਈ ਬਾਹਰ ਜਾਣਾ ਚਾਹੇ ਅਮਰੀਕਾ ਦੇ ਵਿੱਚ ਜਿਵੇਂ ਲਗਾਈਏ ਤੇ ਉਹਨਾਂ ਲਈ ਇਹਦੇ ਤੇ ਕੀ ਇਮਪੈਕਟ ਪਏਗਾ ਆਬਵੀਅਸਲੀ ਜੇਕਰ ਅਸੀਂ ਦੁਬਾਰਾ ਜਾਣ ਵਾਲੇ ਜਿਹੜੇ ਫਰਦਰ ਐਫ1 ਦੇ ਉੱਪਰ ਇੰਡੀਆ ਤੋਂ ਬਹੁਤ ਵੱਡੀ ਤਾਦਾਦ ਸਟੂਡੈਂਟਸ ਦੀ ਜਾਂਦੀ ਹੈ ਮੈਕਸਿਮਮ ਸਟੂਡੈਂਟਸ ਯੂਐਸ ਨੂੰ ਜਾਂਦੇ ਆ ਸੋ ਜਿਹੜੀ ਏਡੀ ਵੱਡੀ ਤਾਦਾਦ ਜਾਂਦੀ ਆ ਉਹਦੇ ਉੱਪਰ ਤਾਂ ਕੋਈ ਖਾਸ ਅਸਰ ਨਹੀਂ ਹੋਏਗਾ ਬਿਕਾਜ਼ US ਵੈਸੇ ਹੀ ਕਰੰਟਲੀ ক্লোਜ਼ ਹੈ US ਜਦੋਂ ਓਪਨ ਹੋਏਗਾ ਪੂਰੀ ਦੁਨੀਆ ਲਈ ਬਰਾਬਰ ਤੇ ਹੋਏਗਾ ਔਰ ਅਸਲ ਦੇ ਵਿੱਚ ਜਿਹੜਾ ਵਰਚੁਅਲ ਕਲਾਸੇਸ ਜਾਂ ਆਨਲਾਈਨ ਕਲਾਸੇਸ ਵਾਲਾ ਕਨਸੈਪਟ ਹੈ ਵੀ ਨਹੀਂ ਆ ਕਿਤੇ ਸੋ ਜਦੋਂ ਇੰਟਰਨੈਸ਼ਨਲ ਸਟੂਡੈਂਟ ਨੇ ਜਾਣਾ ਹੈ ਉਹ ਆਬਵੀਅਸਲੀ I20 ਲਏਗਾ ਔਰ I20 ਉਹ ਹੀ ਯੂਨੀਵਰਸਿਟੀ ਦੇ ਸਕਦੀ ਹੈ ਜਿਹੜੀ ਐਕਚੁਅਲ ਫਿਜ਼ੀਕਲ ਕਲਾਸ ਲਾਏਗੀ ਸੋ ਉਹਨਾਂ ਦੇ ਉੱਪਰ ਇੰਪੈਕਟ ਜ਼ੀਰੋ ਆ ਇਹ हां ਇਹਦਾ ਸਿਰਫ ਇੰਪੈਕਟ ਐਸ ਟਾਈਮ ਇਹ ਐ ਕਿ ਲੋਕ ਕਰੋਨਿਕਲਨ ਤੋਂ ਡਰਦੇ ਆ ਸੋ ਜਿਹੜੇ ਸਟੂਡੈਂਟਸ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਆ ਔਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਪਰਾਲਾ ਕੀਤਾ ਸੀ ਕਿ ਉਹ ਆਪਣੀ ਸੇਫ ਜਗ੍ਹਾ ਦੇ ਉੱਪਰ ਰਹਿ ਕੇ ਪੜ ਸਕਣ ਸੋ ਆਬਵੀਅਸਲੀ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਆ ਕਿ ਉਹਨਾਂ ਦੀ ਸੇਫਟੀ ਨੂੰ ਬਹੁਤ ਜ਼ਿਆਦਾ ਹਾਲੇ ਐਮੀਅਤ ਨਹੀਂ ਦਿੱਤੀ ਜਾ ਰਹੀ ਸੋ ਉਹਨਾਂ ਨੂੰ ਕਲਾਸ ਹੁਣ ਲਾਉਣ ਨਾ ਅਗਰ ਵੀਜ਼ਾ ਉਹਨਾਂ ਨੇ ਮੇਨਟੇਨ ਰੱਖਣਾ ਹੈ ਤਾਂ ਉਹਨਾਂ ਨੂੰ ਆਪਣੇ ਕਲਾਸੇਜ਼ ਲਾਉਣੀਆਂ ਪੈਣਗੀਆਂ ਜੀ ਬਿਲਕੁਲ ਠੀਕ ਹੈ ਜੀ ਜੇ ਗੱਲ ਕਰੀਏ ਆਪਾਂ H1 ਵੀਜ਼ੇ ਦੀ ਤੇ H1 ਵੀਜ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ 22 ਜੁਲਾਈ ਨੂੰ ਵੀ ਅਗੇਨ ਇੱਕ ਲਾਈਕ ਆਰਡਰ ਆਇਆ ਸੀ ਇਸੇ ਤਰੀਕੇ ਨਾਲ ਹੀ ਕਿ ਜਿੰਨੇ H1 ਹੋਲਡਰਸ ਆ ਜਿਨ੍ਹਾਂ ਦੀ ਐਪਲੀਕੇਸ਼ਨਸ ਆਲਰੇਡੀ ਪੈਂਡਿੰਗ ਪਈਆਂ ਉਹਨਾਂ ਨੂੰ ਇਸ ਈਅਰ ਐਂਡ ਤੱਕ ਰੋਕ ਦਿੱਤਾ ਗਿਆ ਉਹਦਾ ਮਤਲਬ ਵੀ ਕਿਤੇ ਨਾ ਕਿਤੇ ਇਲੈਕਸ਼ਨਸ ਆ ਉੱਥੇ ਔਰ ਆਬਵੀਅਸਲੀ 트럼ਪ ਗਵਰਨਮੈਂਟ ਐਸ ਟਾਈਮ ਕਿਤੇ ਨਾ ਕਿਤੇ ਇਹ ਮੈਸੇਜ ਦੇਣਾ ਚਾਹੁੰਦੀ ਲੋਕਾਂ ਨੂੰ ਕੀ ਲੋਕਲਸ ਫਰਸਟ ਸੋ H1 ਦਾ ਸਿੱਧਾ ਮਤਲਬ ਆ ਕਿ ਜਿਹੜੇ ਬਾਹਰੋਂ ਲੋਕੀ EMPLOYE ਹੁੰਦੇ ਆ ਔਰ ਇਹਦੇ ਵਿੱਚ ਸਭ ਤੋਂ ਵੱਡੀ ਤਾਦਾਦ ਇੰਡੀਅਨਸ ਦੀ ਆ ਜਿਹੜੀ ਕਿ IT ਇੰਡਸਟਰੀ ਦੇ ਵਿੱਚ ਸਰਵ ਕਰਦੀ ਹੈ ਸੋ ਆਬਵੀਅਸਲੀ ਅਗਰ ਉਹਨਾਂ ਦੇ ਉੱਪਰ ਰੋਕ ਆ ਤੇ ਗਵਰਨਮੈਂਟ ਇਹ ਮੈਸੇਜ ਦੇ ਰਹੀ ਉਥੇ ਕਿ ਜਿਹੜੇ ਲੋਕਲਸ ਆ ਜੌਬਸ ਉੱਪਰ ਉਹ ਰੱਖੇ ਜਾਣ ਤਾਂ ਕਿ ਜਿਹੜੀ ਅਸੀਂ ਜਿਹਨੂੰ ਅਸੀਂ ਕਹਿੰਦੇ ਆ ਕਿ ਕੋਵਿਡ ਕਰਕੇ ਇਨੇ ਲੋਕ ਲੱਖਾਂ ਲੋਕ UNEMPLOYED ਹੋਏ ਆ ਉਹਨਾਂ ਦੀ ਮੁੜ ਬਹਾਲੀ ਹੋ ਸਕੇ ਪਰ ਇਹ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਪੋਲੀਟੀਕਲ ਜਿਆਦਾ ਹੈ बिकॉज ਇਲੈਕਸ਼ਨਸ ਡਿਊ ਨੇ ਉਥੇ ਔਰ ਇਹ ਬਹੁਤ ਜਿਆਦਾ ਲੰਮਾ ਸਮਾਂ ਨਹੀਂ ਚੱਲੇਗਾ ਇਹ ਵਾਲੀ ਰੋਕ ਤੇ ਇਸ ਸੀ ਸਾਡੇ ਨਾਲ ਅਰਵਿੰਦਰਪਾਲ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਅਮਰੀਕਾ ਦਾ ਚੁਣავი ਸਟੰਟ ਵੀ ਹੋ ਸਕਦਾ ਹੈ ਸਹਿਯੋਗੀ ਗੋਰੀਨੰਦਨ ਦੇ ਨਾਲ ਆਸ਼ੂ ਗਾਂਧੀ ਵੌਇਸ ਆਫ ਪੰਜਾਬ ਜਲੰਧਰ